ਰਾਹਾ ਜਿਹੜੀ ਤਕਲੀਫ ਉਹਨਾਂ ਦੇ ਘਰਦਿਆਂ ਨੂੰ ਨਾ ਉਹ ਨਹੀਂ ਮੈਨੂੰ ਵੀ ਨਹੀਂ ਹੋਣੀ ਅਜੀਤ ਹੈ ਲੇਕਿਨ ਅਸੀਂ ਐਸੇ ਮੁਲਕ ਵਿੱਚ ਰਹ ਰਹੇ ਹਾਂ ਜਿੱਥੇ ਆਪਣੀ ਆਵਾਜ਼ ਨਹੀਂ ਚੁੱਕ ਸਕਦੇ ਤੂੰ ਇੱਕਾ ਲੋਕਾਂ ਦੇ ਵਾਲਦਾਂ ਦੀ ਵੀਡੀਓ ਵੇਖ ਲੋ ਜਿਨ੍ਹਾਂ ਨੇ ਉਸ ਚੀਜ਼ ਤੇ ਆ ਕੇ ਗੱਲ ਕੀਤੀ ਉਹਨਾਂ ਸਟੂਡੈਂਟਸ ਦੀ ਵੀਡੀਓ ਵੇਖ ਲੋ ਉਹਨਾਂ ਦੇ ਆਪਣੇ ਸੱਕੇ ਵਾਲਦਾਂ ਕਿ ਇਸ ਗੱਲ ਤੋਂ ਮੁਕਰਗੇ ਨਹੀਂ ਸਾਡੀ ਬੱਚੀ ਨਾਲ ਕੁਝ ਹੀ ਨਹੀਂ ਹੋਇਆ ਅਗਰ ਅਗਰ ਅਸਾ ਇੱਥੇ ਰਹਿਣਾ ਹੈ ਨਾ ਇਸ ਮੁਲਕ ਦੇ ਵਿੱਚ ਤੇ ਸਾਨੂੰ ਖਮੋਸ਼ ਹੀ ਰਹਿਣੀ ਪੈਣੀ ਬੱਚੀਆਂ ਬੜਾ ਨਾ ਤੇ ਬਾਹਰ ਤੱਕ ਗੱਲ ਦਿੰਦੇ ਆ ਕੱਲ ਕੀ ਹੋਇਆ ਕੁੜੀ ਦੇ ਨਾਲ ਬਈ ਕਰਾਚੀ ਦੀਆਂ ਸੜਕਾਂ ਤੇ ਉਹ ਕੱਪੜੀ ਜਿੰਨੀ ਪਤਾ ਲੱਗਦਾ ਵੇ ਕਿੱਧਰ ਨੂੰ ਜਾ ਰਣੀ ਬੀਬੀ ਉਹਨੂੰ ਖਿੱਚਣ ਵਾਲੀ ਵੀ ਬੀਬੀਆਂ ਕੋਈ ਤਮੀਜ਼ ਹੀ ਨਹੀਂ ਹੈ ਇਧਰ ਕਿਸੇ ਦਾ ਫਸਣ ਨਾਤੇ ਡਿਪਰੈਸ਼ਨ ਕੱਟ ਕਰਨ ਨਾਤੇ ਆਈਦਾ ਹੈ ਬਾਕੀ ਤੁਸੀਂ ਇਥੇ ਬੋਲ ਨਹੀਂ ਸਕਦੇ ਮੈਂ ਹਮੇਸ਼ਾ ਦੁਆ ਕਰਨੀ ਆ ਯੱਤਰੀਆਂ ਦੇ ਤੇ ਉਹਨਾਂ ਨਾਲ ਉਹਨਾਂ ਦੇ ਚੰਗੇ ਨਸੀਬ ਦੇ ਦੇ ਕਿਉਂਕਿ ਅਸੀਂ ਆਪਣੀ ਧੀ ਨੂੰ ਬਾਹਰ ਕੱਢਣ ਲੱਗੇ ਆ ਡਰਨੇ ਆ ਜ਼ਿੰਦਾਕਾਰ ਵਾਪਸ ਹੁੰਦੀ ਕਿ ਨਹੀਂ ਅਸੀਂ ਆਪਣੇ ਪੁੱਤਰ ਨੂੰ ਬਾਹਰ ਕੱਢਣ ਲੱਗੇ ਆ ਡਰਨੇ ਆ ਕਿ ਖੈਰ ਨਾਲ ਵਾਪਸ ਹੁੰਦਾ ਕਿ ਨਹੀਂ ਅਸੀਂ ਕਿਤੇ ਰਹਿ ਰਹੇ ਆ ਅਗਰ ਕਿਸੇ ਜੀ ਇਥੇ ਹੀ ਬਾਸ ਚੋਕ ਕਰ ਲੈਣ ਨੇ ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਤੁਹਾਡੇ ਤੇ ਪਰਚਾ ਕਿੱਡਾ ਵੱਡਾ ਹੋ ਜਾਏ ਮੈਂ